ਲਓ ਜੀ ਅੱਜ ਪਾਲਕ ਬਣਾਉਂਦੇ ਹਾਂ ਅਤੇ ਪਾਲਕ ਦੇ ਪੱਤੇ ਕੱਟ ਲਏ ਛੋਟੇ ਛੋਟੇ ਅਤੇ ਇੱਧਰ ਹੈਗੀ ਲੋਰੀ ਜੀਰੇ ਵਾਲੀ ਬੋਤਲ ਨਾਲੇ ਪੀਂਦੇ ਹਾਂ ਇਹ ਬਹੁਤ ਟੇਸਟੀ ਹੁੰਦਾ ਲੋਰੀ ਜੀਰਾ ਬਹੁਤ ਸਵਾਦ ਹੁੰਦਾ ਲੋਰੀ ਜੀਰਾ ਜਿਹੜਾ ਨਾ ਇਹ ਬਹੁਤ ਘੈਂਟ ਹੁੰਦਾ ਬਹੁਤ ਟੇਸਟੀ ਅੱਜ ਬਣਾਉਣਾ ਪਾਲਕ ਪਨੀਰ ਮੰਮੀ ਪਾਲਕ ਪਨੀਰ ਬਣਾ ਲਈਏ ਪਾਲਕ ਪਨੀਰ ਵਧੀਆ ਹਨਾ ਸਵਾਦ ਲੱਗਦਾ ਆਹੋ ਉਹੀ ਨਾ ਅੱਜ ਬਣਾ ਲੈਣੇ ਪਾਲਕ ਪਨੀਰ ਲਓ ਜੀ ਇੱਧਰ ਪਨੀਰ ਫਰਾਈ ਕਰ ਲਿਆ ਵਾ ਅਤੇ ਇੱਧਰ ਹੋ ਰਹੀ ਆ ਪਾਲਕ ਦੀ ਭੁਨਾਈ ਅਤੇ ਪਾਲਕ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਫਿਰ ਪਨੀਰ ਐਡ ਕਰ ਦਾਂਗੇ ਵਿੱਚ ਲਓ ਜੀ ਡਰਾਈ ਗਰਮਾ ਗਰਮ ਰੋਟੀ ਅਤੇ ਖਾਂਦੇ ਹਾਂ ਸੋ ਬਣ ਕੇ ਰੈਡੀ ਹੋ ਗਿਆ ਸਾਡਾ ਪਾਲਕ ਪਨੀਰ ਅਸੀਂ ਦੇਖ ਸਕਦੇ ਹਾਂ ਸੋ ਖਾਂਦੇ ਹਾਂ ਜੀ ਹੁਣ ਕਰਦੇ ਹਾਂ ਟਰਾਈ ਬਹੁਤ ਸਵਾਦ ਮਜ਼ਾ ਆ ਗਿਆ ਯਾਰ ਪਾਲਕ ਪਨੀਰ ਦਾ ਕੁਝ ਆਪਣਾ ਹੀ ਸਵਾਦ ਆ ਅਲੱਗ ਜਿਹਾ ਬਹੁਤ ਸਵਾਦ ਆ ਵੇਲੇ ਕਿੱਥੇ ਬੜਿਆ ਕੱਪੜੇ ਵਾਲੀ ਮਸ਼ੀਨ ਆਪਾਂ ਪੰਗੇ ਲੈਣ ਡਿਆ ਜੀ ਕੀ ਕਰਨ ਡਿਆ ਓਏ ਓਏ ਉਹਨੂੰ ਪਾ ਕੇ ਕੱਸਣ ਡਿਆ ਆਪਣੇ ਨੂੰ ਹੋ ਹੋ ਓਏ ਪੰਗੇ ਲੈਣੇ ਨੇ ਬਸ ਹੋਰ ਕੋਈ ਕੰਮ ਨਹੀਂ ਹੋਰ ਕੋਈ ਕੰਮ ਨਹੀਂ ਬਾਜ ਨੂੰ ਕੀ ਆ ਵੇਖੋ ਕੀ ਵੇਖੋ ਤੂੰ ਕਿਹੜਾ ਦਰਜੀ ਬਣਿਆ ਜਿਹੜੇ ਕੱਪੜੇ ਸੀਨ ਡਿਆ ਓਏ ਗੁਰਬਾਜ ਦੱਸਦਾ ਨਹੀਂ ਆ ਚਲੋ ਕੀ ਫਿਰਕੀ ਜੀ ਲਾ ਲਈ ਆ ਕੀ ਆ ਅੱਛਾ ਇੱਥੋਂ ਲਾਈ ਆ ਨੱਟ ਜਿਹਾ ਹੁੰਦਾ ਜਿਹੜਾ ਮਸ਼ੀਨ ਦਾ ਇਹ ਉੱਚਾ ਨੀਵਾ ਕਰਨ ਵਾਲਾ ਜਿਹੜਾ ਸਿਸਟਮ ਜਿਹਾ ਹੁੰਦਾ ਕੋਈ ਮੋਟਾ ਟਾਂਕਾ ਕਰਦੇ ਇਹਨਾਂ ਕਾਹਦਾ ਕੀ ਸਿਸਟਮ ਹੁੰਦਾ ਅਤੇ ਇਹਨੇ ਲਾ ਲਿਆ ਨੱਟ ਜਿਹਾ ਨਾ ਪੁੱਤ ਨਾ ਨਾ ਛੇੜ ਦਾਦੀ ਮਾਂ ਨੇ ਗੁੱਸੇ ਹੋਣਾ ਫਿਰ ਉਹਨੇ ਕਹਿਣਾ ਮੇਰੀ ਮਸ਼ੀਨ ਖਰਾਬ ਕਰਤੀ ਗੁਰਬਾਜ ਨੇ ਹੈਂ ਗੁਰਬਾਜ ਦੱਸਦਾ ਨਹੀਂ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਠੀਕ ਠਾਕ ਆ ਮੇਰੇ ਭੈਣ ਭਰਾ ਅਤੇ ਅੱਜ ਦਾ ਵਲੌਗ ਹੈਗਾ ਯਾਨੀ ਕਿ ਅੱਜ ਥੋੜ੍ਹਾ ਜਿਹਾ ਕੰਮ ਪੈ ਗਿਆ ਅਤੇ ਜਾਣਾ ਪੈਣਾ ਸਾਨੂੰ ਸਟੇਸ਼ਨ ਵਾਲੇ ਏਰੀਏ 'ਚ ਅਤੇ ਉੱਥੇ ਥੋੜ੍ਹਾ ਕੰਮ ਹੈ ਉਹ ਕਰਾਂਗੇ ਅਤੇ ਸੋ ਮੇਰੇ ਨਾਲ ਜਾਣਗੇ ਭਾਅ ਜੀ ਹੋਣੀ ਮਨਿੰਦਰ ਭਾਅ ਜੀ ਹੋਣਾਂ ਨੂੰ ਮੈਂ ਕਹਿਤਾ ਕਾਲ ਕਰਤੀ ਅਤੇ ਭਾਅ ਜੀ ਹੋਣੀ ਕਹਿੰਦੇ ਆ ਉਹ ਚੱਲਦੇ ਹਾਂ ਅਤੇ ਭਾਅ ਜੀ ਹੋਣਾਂ ਨਾਲ ਲੈਂਦੇ ਹਾਂ ਫਿਰ ਜਾਂਦੇ ਹਾਂ ਆਪਾਂ ਥੋੜ੍ਹਾ ਕੰਮ ਅਤੇ ਨਾਲ ਘੁੰਮ ਫਿਰ ਕੇ ਆਉਂਦੇ ਹਾਂ ਨਾਲ ਤੁਹਾਨੂੰ ਵੀ ਘੁੰਮਾਉਂਦੇ ਹਾਂ ਕਿਤੇ ਕਿਤੇ ਜਾ ਰਹੇ ਹਾਂ ਕੀ ਕਰ ਰਹੇ ਹਾਂ ਸੋ ਆਓ ਚੱਲਦੇ ਹਾਂ ਪੂਰੀ ਹੋ ਗਈ ਆ ਪਹਿਲਾਂ ਪਤਝੜ ਨੇ ਸਾਰੇ ਬੂਟੇ ਜਿਹੜੇ ਪਤਝੜ ਹੋਏ ਵੀ ਹੁਣ ਤਾਂ ਪੂਰੀ ਹਰਿਆਲੀ ਹੋਈ ਪਈ ਸਾਰੇ ਬੰਨੇ ਲੋ ਜੀ ਪਾਣੀ ਸਿਸਟਮ ਵਾਲਾ
ਲਓ ਜੀ ਭਾਜੀ ਹੋਣੀ ਹੋ ਗਏ ਰੈਡੀ, ਤੇ ਚੱਲਦੇ ਹਾਂ ਆਪਾਂ, ਅਤੇ ਚਲੋ ਭਾਜੀ ਆ ਜਾਓ। ਆਪਾਂ ਆਏ ਹੋਏ ਕ੍ਰਿਸਟਲ ਚੌਂਕ ਤੇ, ਮੈਂ ਭਾਈ ਨੂੰ ਕਹਿਣ ਦੇ ਭਾਈ ਸੋਫਟੀ ਬੜੀ ਮਸ਼ਹੂਰ ਆ ਕ੍ਰਿਸਟਲ ਚੌਂਕ ਦੀ ਇੱਥੋਂ ਦੀ, ਆਹ ਸੋਫਟੀ ਵਾਲੀ ਦੁਕਾਨ ਆ, ਤਾਂ ਮੈਂ ਕਿਹਾ ਇੱਥੋਂ ਕਰਦੇ ਹਾਂ ਟਰਾਈ ਸੋਫਟੀ, ਅਤੇ ਸੌ ਲੈਂਦੇ ਹਾਂ ਜੀ ਭਾਈ। ਚਲੋ ਇਹ ਕਰਵਾ ਲਓ ਤੁਸੀਂ, ਕੋਈ ਦਿੱਕਤ ਨਹੀਂ। ਇੱਥੋਂ ਦੀ ਸੋਫਟੀ ਬੜੀ ਮਸ਼ਹੂਰ ਹੈ ਅਤੇ ਬਹੁਤ ਵਧੀਆ ਟੇਸਟ ਵੀ ਬੜਾ ਹੁੰਦਾ ਸੋਫਟੀ ਦਾ, ਅਤੇ ਇੱਥੋਂ ਦਾ ਜਿਹੜਾ ਸੋਫਟੀ ਦਾ ਰੇਟ ਹੈਗਾ ਆ 40 ਰੁਪਏ ਹੈਗਾ ਇੱਕ ਸੋਫਟੀ ਦਾ ਰੇਟ, ਅਤੇ ਕਰਦੇ ਹਾਂ ਜੁਆਏ। ਸੋਫਟੀ ਦੇ ਬਿਲਕੁਲ ਸਾਹਮਣੇ ਆਪਣਾ ਰੇਹੜੀ ਮਾਰਕੀਟ ਵੀ ਆਓ ਅੰਦਰਲੀ ਸਾਈਡ 'ਤੇ, ਅਤੇ ਇੱਥੇ ਵੀ ਖਾਣ ਪੀਣ ਨੂੰ ਕਾਫੀ ਚੀਜ਼ਾਂ ਮਿਲਦੀਆਂ ਨੇ, ਅਤੇ ਬਹੁਤ ਤਕੜੀ ਰੇਹੜੀ ਮਾਰਕੀਟ ਆ। ਕੋਈ ਵੀ ਮਤਲਬ ਫੂਡ ਤੁਸੀਂ ਲੈ ਖਾਣਾ ਪੀਣਾ ਹੋਵੇ, ਜਿੱਦਾਂ ਮਤਲਬ ਟਰਾਈ ਕਰਨਾ ਹੋਵੇ ਕੋਈ, ਅਤੇ ਸਾਰੇ ਫੂਡ ਅੰਦਰ ਮਿਲ ਜਾਂਦੇ ਨੇ ਇਹਦੇ, ਬਹੁਤ ਵਧੀਆ ਨੇ, ਕਾਫੀ ਤਕੜੀ ਮਾਰਕੀਟ ਆ। ਉਹ ਸਾਹਮਣੇ ਹੈਗਾ ਕੰਪਨੀ ਬਾਗ, ਬਹੁਤ ਵੱਡੀ ਮਾਰਕੀਟ ਆ। ਉਹ ਸਾਹਮਣੇ ਹੈਗਾ ਬੱਬੀ ਫਿਸ਼ ਕੋਰਨਰ, ਉਹ ਸਾਹਮਣੇ ਹੈ। ਰਾਮ ਤਲਾਈ ਚੌਂਕ ਤੰਦੂਰ ਬੜਾ ਮਸ਼ਹੂਰ ਆ, ਤੰਦੂਰ ਬਣ ਗਿਆ ਸਾਰੇ ਦੇਖ ਸਕਦੇ ਹੋ। ਰਾਮ ਤਲਾਈ ਬਹੁਤ ਜ਼ਿਆਦਾ ਮਿਲਦਾ ਹੈਗਾ, ਥੋੜ੍ਹਾ ਜਿਹਾ ਰਸ਼ ਜ਼ਿਆਦਾ, ਬਾਕੀ ਨਿਕਲੀ ਜਾਈਦਾ ਜੀਤੀ ਰੋਡ। ਲੰਗਰ ਪ੍ਰਸ਼ਾਦਾ ਚੱਲ ਰਿਹਾ ਲੱਗਦਾ, ਟੈਂਟ ਵਗੈਰਾ ਲੱਗੇ ਆ। ਲਓ ਜੀ ਘਰ ਆਏ ਹਾਂ, ਅਤੇ ਸਲਾਹ ਬਣ ਗਈ ਆ ਵੀ ਆਪਾਂ ਖਾਈਏ ਆਪਣਾ ਨਿਊਟਰੀ ਕੁਲਚਾ, ਅਤੇ ਨਿਊਟਰੀ ਕੁਲਚਾ ਮੈਂ ਖਾਂਦੇ ਹਾਂ, ਕਾਫੀ ਦੇਰ ਹੋ ਗਈ ਖਾਧਾ ਨਹੀਂ ਨਿਊਟਰੀ ਕੁਲਚਾ, ਅਤੇ ਸੌ ਲੈ ਕੇ ਆਉਂਦੇ ਹਾਂ ਜਾ ਕੇ ਨਿਊਟਰੀ ਕੁਲਚਾ। ਸਾਹਮਣੇ ਹੈਗੀ ਨਿਊਟਰੀ ਕੁਲਚਾ ਵਾਲੀ ਦੁਕਾਨ, ਇੱਥੋਂ ਨਿਊਟਰੀ ਕੁਲਚਾ ਲੈਂਦੇ ਹਾਂ। ਇੱਧਰ ਬਣਾਈ ਨਿਊਟਰੀ ਦੀ, ਲੋ ਜੀ ਨਿਊਟਰੀ ਕੁਲਚਾ ਲੈ ਲਿਆ, ਚੱਲਦੇ ਹਾਂ ਘਰ। ਲੋ ਜੀ ਪਹੁੰਚ ਗਿਆ ਘਰ, ਹਲ ਲਓ ਜੀ ਇੱਧਰ ਆਇਆ ਗਰਮਾ ਗਰਮ ਨਿਊਟਰੀ ਕੁਲਚਾ, ਸੌ ਖਾਂਦੇ ਹਾਂ ਅਤੇ
ਇਹ ਹੈ ਜੀ ਅੰਮ੍ਰਿਤਸਰੀ ਕੁਲਚੇ, ਜਿਹੜੇ ਅੰਮ੍ਰਿਤਸਰ ਤੇ ਜਾਂ ਬਿਆਸ ਤੱਕ ਨਹੀਂ ਜ਼ਿਆਦਾ ਮਿਲਦੇ ਨੇ, ਅਤੇ ਇਹ ਹੈਗੇ ਅੰਮ੍ਰਿਤਸਰੀ ਕੁਲਚੇ, ਤੁਸੀਂ ਦੇਖ ਸਕਦੇ ਹੋ ਪਿਛਲੇ ਬੰਨੇ ਦੀ ਰੰਗਤ। ਨਾਲ ਮਨਾਲੀ ਸਿਸਟਮ ਨੇ ਚਾਹ ਅਤੇ ਨਾਲ ਕਰਦੇ ਇੰਜੋਏ ਨਿਊਟਰੀ ਕੁਲਚਾ ਦਾ, ਫੋਨ ਪੀਵਾਂਗੇ ਚਾਹ ਅਤੇ ਪਹਿਲਾਂ ਨਿਊਟਰੀ ਕੁਲਚਾ ਖਾ ਲਈਏ। ਇਹ ਸਵਾਦ ਹੁੰਦੇ, ਪਹਿਲਾਂ ਵੀ ਖਾਧੇ ਤੁਸੀਂ ਇਹਨਾਂ ਨੂੰ, ਵਧੀਆ ਹੁੰਦੇ ਸਵਾਦ ਹੁੰਦੇ। ਚਲੋ ਵਧੀਆ, ਫੜੋ ਭਾਈ ਖਾਓ ਜੀ। ਲਓ ਜੀ ਇੱਧਰ ਆ ਗਈ ਹੁਣ ਗਰਮਾ ਗਰਮ ਚਾਹ, ਕੁਲਚਾ ਵਗੈਰਾ ਆਪਾਂ ਖਾ ਲਿਆ। ਇੱਥੋਂ ਮੈਂ ਕਿਹਾ ਫੜ ਲਈਏ ਮੰਮੀ ਹੋਣਾਂ ਦਾ ਸੂਟ ਪਿਆ ਇੱਕ ਉੱਧਰ, ਅਤੇ ਲੈ ਲਈਏ ਫਿਰ ਚੱਲਦੇ ਹਾਂ ਘਰ ਦੀਦੀ ਹੋਣਾਂ ਨੂੰ। ਲਓ ਜੀ ਸੂਟ ਲੈ ਲਿਆ, ਹੁਣ ਚੱਲੀਏ ਘਰ, ਤਾਂ ਟਾਈਮ ਘੱਟ ਆ, ਥੋੜ੍ਹਾ ਬਾਜ਼ਾਰ ਵੀ ਜਾਣਾ ਕੰਮ ਘਰ ਜਾ ਕੇ, ਅਤੇ ਚੱਲਦੇ ਹਾਂ ਘਰ ਹੁਣ। ਲਓ ਜੀ ਪਹੁੰਚ ਗਏ ਘਰ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਭੈਣ ਭਰਾਵਾਂ ਕੁਸ਼ਤ ਕਿ ਸਾਡਾ ਵੀ ਨਾਂ ਲਓ ਲਓ ਦੇ ਵਿੱਚ, ਅਤੇ ਇੱਕ ਮੇਰੀ ਭੈਣ ਹੈਗੀ ਹੈ ਜਸਵੀਰ ਕੌਰ ਜੀ UK ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਰਣਜੀਤ ਕੌਰ ਜੀ ਸਖੀਰਾ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਅਨੂ ਜੀ ਅੰਮ੍ਰਿਤਸਰ ਤੋਂ। ਹਾਂਜੀ ਜੀ, ਫਿਰ ਕਿੱਦਾਂ ਦਾ ਲੱਗਾ ਅੱਜ ਦਾ ਵਲੋਗ? ਜੇ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਨਾਲ ਦੇ ਨਾਲ ਚੈਨਲ ਨੂੰ ਕਰ ਸਬਸਕ੍ਰਾਈਬ। ਮਿਲਦੇ ਇੱਕ ਸੋਹਣੇ ਜਿਹੇ ਫੈਮਿਲੀ ਵਲੋਗ ਦੇ ਨਾਲ, ਬਾਏ ਬਾਏ।